ਮੋਦੀ ਸਰਕਾਰ ਵੱਲੋਂ ਅੱਜ ਦੇ ਦਿਨ ਰਾਜ ਸਭਾ ਵਿੱਚ ਇਤਿਹਾਸਕ ਫੈਸਲਾ ਲਿਆ ਗਿਆ। ਜੰਮੂ ਕਸ਼ਮੀਰ ਚੋਂ ਧਾਰਾ 370-35A ਹਟਾ ਦਿੱਤੀ ਗਈ ਹੈ ਅਤੇ ਇਸ ਧਾਰਾ ਨੂੰ ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਕੋਈ ਵੱਖਰਾ ਸੂਬਾ ਨਹੀਂ ਰਹੇਗਾ ਅਤੇ ਜੋ ਵੀ ਨਵਾਂ ਕਾਨੂੰਨ ਜਾਂ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਉਹ ਜੰਮੂ ਕਸ਼ਮੀਰ 'ਤੇ ਵੀ ਲਾਗੂ ਕੀਤਾ ਜਾਵੇਗਾ। ਜੰਮੂ ਕਸ਼ਮੀਰ ਦਾ ਹੁਣ ਆਪਣਾ ਅਲੱਗ ਝੰਡਾ ਨਹੀਂ ਰਹੇਗਾ, ਤਿਰੰਗਾ ਝੰਡਾ ਹੀ ਹੁਣ ਜੰਮੂ ਕਸ਼ਮੀਰ ਦਾ ਹੋਵੇਗਾ। ਇਸ ਫੈਸਲੇ ਲੈ ਕੇ ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਬਿਲਕੁਲ ਸਹੀ ਦੱਸਿਆ। ਉਹਨਾਂ ਵੱਲੋਂ ਲਿਖਿਆ ਗਿਆ ਕਿ ਜੰਮੂ ਕਸ਼ਮੀਰ ਕੇ ਮੁੱਦੇ ਪਰ ਸਰਕਾਰ ਕੇ ਫੈਸਲੇ ਕਾ ਹਮ ਸਮਰਥਨ ਕਰਤੇ ਹੈ, ਹਮੇ ਉਮੀਦ ਹੈ ਕਿ ਇਹ ਫੈਸਲਾ ਰਾਜ੍ਯ ਮੇਂ ਸ਼ਾਂਤੀ ਔਰ ਡਿਵੈਲਪਮੈਂਟ ਸਥਾਪਿਤ ਕਰੇਗਾ। ਅਰਵਿੰਦ ਕੇਜਰੀਵਾਲ ਵੱਲੋਂ ਇਸ ਫੈਸਲੇ ਨੂੰ ਸਹੀ ਦੱਸਿਆ ਗਿਆ, ਹਾਲਾਂਕਿ ਕਈ ਵਿਰੋਧੀ ਪਾਰਟੀਆਂ ਇਸ ਦਾ ਵਿਰੋਧ ਵੀ ਕਰ ਰਹੀਆਂ ਨੇ, ਪਰ ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਬਿਲਕੁਲ ਸਹੀ ਦੱਸਿਆ ਗਿਆ।